ਮੇਰੇ ਤੇ ਲੈ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੋ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਵੀਰ ਬੈਠੇ ਨੇ, ਜੋ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਨੇ, ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਜੋ ਕਿਸਾਨ ਵੀਰ, ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਹੋਰ ਸਮਾਜ ਸੇਵੀ ਸੰਸਥਾ ਵੱਲੋਂ ਜੋ ਇਸ ਮੋਰਚੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ, ਉਸੇ ਦੇ ਤਹਿਤ ਹੀ ਇੰਟਰਨੈਸ਼ਨਲ ਪੰਥਕ ਦਲ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਾਨੀ ਇੰਟਰਨੈਸ਼ਨਲ ਪੰਥਕ ਦਲ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਸੇਵਾਵਾਂ ਦਾ ਪ੍ਰਵਾਹ ਚਲਾਇਆ ਜਾ ਰਿਹਾ ਆ, ਜਿਨ੍ਹਾਂ ਦੇ ਵਿੱਚ ਕੁੰਡਲੀ ਬਾਰਡਰ ਵਿਖੇ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਇੱਧਰ ਕੈਮਰਾ ਮਾਰੋ ਪਹਿਲਾਂ, ਜੋ ਮੈਡੀਕਲ ਕੈਂਪ ਸਮੇਂ ਦੀ ਜ਼ਰੂਰਤ ਸੀ ਇੱਕ ਮੈਡੀਕਲ ਕੈਂਪ ਦੀ, ਮੈਡੀਕਲ ਕੈਂਪ ਚਲਾਏ ਗਏ, ਫਿਰ ਗੁਰੂ ਕੇ ਲੰਗਰ ਜੋ ਨਿਰੰਤਰ 24 ਘੰਟੇ ਚੱਲਦੇ ਨੇ, ਇਹਨਾਂ ਲੰਗਰਾਂ ਤੋਂ ਉਪਰੰਤ ਜੋ ਰਹਿਣ ਬਸੇਰਾ ਜੋ ਕਿ ਸੰਗਤਾਂ ਆਉਂਦੀਆਂ ਟ੍ਰੇਨਾਂ 'ਤੇ ਆਉਂਦੀਆਂ ਆ, ਜਾਂ ਉਹ ਮਾਘ ਦੇ ਦਿਨਾਂ ਦੇ ਵਿੱਚ ਟਰਾਲੀਆਂ 'ਤੇ ਥੱਲੇ ਸੌਂਦੇ ਸੀ, ਉਹਨਾਂ ਦੇ ਰਹਿਣ ਵਾਸਤੇ ਜੋ ਇੰਤਜ਼ਾਮ ਕੀਤੇ ਗਏ ਸਨ 250 ਬਿਸਤਰੇ ਦਾ ਰਹਿਣ ਬਸੇਰਾ। ਔਰ ਅੱਜ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਮੈਡੀਕਲ ਕੈਂਪ ਦੇ ਵਿੱਚ ਸਮੇਂ ਸਮੇਂ 'ਤੇ ਜੋ ਗੁਰੂ ਰਾਮਦਾਸ ਹੋਸਪਿਟਲ ਤੋਂ ਵੱਲੇ ਤੋਂ ਜੋ ਟੀਮਾਂ ਡਾਕਟਰਾਂ ਦੀਆਂ ਬਦਲ ਕੇ ਆਉਂਦੀਆਂ ਨੇ, ਬੜੇ ਸੂਝਵਾਨ ਡਾਕਟਰ AP ਸਿੰਘ ਦੀ ਰਹਿਨਮਾਈ ਹੇਠ ਆ ਰਹੇ ਨੇ, ਸੋ ਇਸੇ ਤਹਿਤ ਹੀ ਬੜੇ ਸੂਝਵਾਨ ਡਾਕਟਰ ਸਾਡੇ ਕੋਲ ਅੱਜ ਭਾਈ ਕੁਲਦੀਪ ਸਿੰਘ ਜੀ, ਡਾਕਟਰ ਬਲਵਿੰਦਰ ਸਿੰਘ ਜੀ, ਇਹ ਬੜੇ ਪ੍ਰੇਮ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਨੇ। ਮੈਂ ਕਹਿ ਦੇਵਾਂ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਨਰੇਲੇ ਦੇ ਵਿੱਚ ਲੋਕਡਾਊਨ ਲੱਗਾ ਆ, ਇਸ ਲੋਕਡਾਊਨ ਦੇ ਦੌਰਾਨ ਸਾਡੇ ਕੋਲ ਇੱਕ ਮਰੀਜ਼ ਆਇਆ ਸਵੇਰ ਦਾ, ਜਿਹੜਾ ਕਿ ਮੈਂ ਸਮਝਦਾ ਕਿ ਜੇ ਇੱਥੇ ਇੰਤਜ਼ਾਮ ਨਾ ਹੁੰਦੇ ਤਾਂ ਮੁਸ਼ਕਲ ਹੋ ਜਾਂਦਾ ਕੰਮ, ਕਿਉਂਕਿ ਕਿਤੇ ਵੀ ਇਲਾਜ ਨਹੀਂ ਸੀ ਹੈਗਾ। ਇਹਨਾਂ ਵੀਰ ਲਈ ਕਿਹਾ ਕੀ ਨਾਂ ਜੀ ਆਪਣੇ ਬਜ਼ੁਰਗਾਂ ਦਾ? ਬਲਦੇਵ ਸਿੰਘ, ਪਿੰਡ ਨਾਰੀਕੇ ਜ਼ਿਲ੍ਹਾ ਸੰਗਰੂਰ ਤੋਂ ਇਹ ਲੈ ਕੇ ਆਏ ਸਨ, ਜਿਨ੍ਹਾਂ ਦੀ ਹਾਲਤ ਬਹੁਤ ਹੀ ਵਿਗੜੀ ਹੋਈ ਸੀ, ਸੋ ਇਹਨਾਂ ਨੂੰ ਹੋਸਪਿਟਲ ਦੇ ਵਿੱਚ ਦਾਖਲ ਕਰਾਉਣਾ ਪੈਣਾ ਸੀ। ਲੋਕਡਾਊਨ ਹੋਣ ਦੇ ਬਾਵਜੂਦ ਕਿਤੇ ਲਿਜਾ ਨਹੀਂ ਸੀ ਸਕਦੇ, ਸੋ ਸਾਡੇ ਡਾਕਟਰਾਂ ਦੀ ਸੂਝਬੂਝ ਦੇ ਨਾਲ ਡਾਕਟਰ ਬਲਵਿੰਦਰ ਸਿੰਘ, ਡਾਕਟਰ ਕੁਲਦੀਪ ਸਿੰਘ, ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇਹਨਾਂ ਨੇ ਆਪਣਾ ਇੰਨਾ ਵਧੀਆ ਇਲਾਜ ਕੀਤਾ ਕਿ ਜਿਹੜੇ ਬਾਪੂ ਨੂੰ ਚੁੱਕ ਕੇ ਲੈ ਕੇ ਆਏ ਸੀ, ਹੁਣ ਤੁਸੀਂ ਆਪ ਵੇਖ ਲਓ ਵੀ ਇੱਕ ਰਾਂ ਬਿਲਕੁਲ ਤੰਦਰੁਸਤ ਨੇ, ਇਸ਼ਨਾਨ ਪਾਣੀ ਕਰਾਇਆ, ਕੱਪੜੇ ਬਦਲੇ ਨੇ, ਬਿਲਕੁਲ ਠੀਕ ਠਾਕ ਨੇ। ਮੈਂ ਸਮਝਦਾ ਕਿ ਇਹ ਜਿਹੜੇ ਕੈਂਪ ਜੇ ਅਸੀਂ ਲਾ ਰਹੇ ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੇ ਸਹਿਯੋਗ ਦੇ ਨਾਲ ਲੱਗੇ ਨੇ। ਇਹਨਾਂ ਕੈਂਪਾਂ ਦੇ ਵਿੱਚ ਵੇਖੋ ਜੋ ਇੰਤਜ਼ਾਮ ਹੋਸਪਿਟਲ ਦੇ ਵਿੱਚ ਨਹੀਂ, ਅਸੀਂ ਦੇਸੀ ਤਰੀਕੇ ਨਾਲ ਡਾਕਟਰਾਂ ਨੇ ਬੋਤਲਾਂ ਟੰਗ ਕੇ ਕਿੱਡਾ ਵਧੀਆ ਇਲਾਜ ਕੀਤਾ। ਖੁਸ਼ੀ ਹੋਈ ਕਿ ਸਾਡੇ ਡਾਕਟਰਾਂ ਦੀ ਟੀਮ ਬਹੁਤ ਵਧੀਆ ਆ, ਅਤੇ ਮੈਂ ਸਤਿਗੁਰ ਅੱਗੇ ਅਰਦਾਸ ਬੇਨਤੀ ਵੀ ਕਰਦਾ ਕਿ ਸਤਿਗੁਰ ਜੀ ਪਾਤਸ਼ਾਹ ਕਿਰਪਾ ਕਰਨ, ਡਾਕਟਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਕਿਉਂਕਿ ਇੱਕ ਸੇਵਾ ਆ, ਇਹ ਭਾਈ ਘਨੱਈਏ ਵਾਲੀ ਸੇਵਾ ਆ, ਤੇਰ ਮੇਰ ਨੂੰ ਪਾਸੇ ਰੱਖ ਕੇ ਹੋਰ ਵੀ ਸਾਰੇ ਵਿਤਕਰੇ ਪਾਸੇ ਰੱਖ ਕੇ ਇਹ ਜਿਹੜੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਸੋ ਮੈਂ ਬੇਨਤੀ ਕਰਦਾ ਮੋਦੀ ਸਰਕਾਰ ਨੂੰ ਕਿ ਮੋਦੀ ਸਰਕਾਰ ਸਾਡਾ ਹੋਰ ਸਬਰ ਨਾ ਪਰਖੇ, ਕਿਉਂਕਿ ਇੱਥੇ ਤਾਂ ਸਾਰੇ ਇੰਤਜ਼ਾਮ ਹੋਈ ਜਾਂਦੇ ਨੇ, ਕਿਹੜਾ ਇੰਤਜ਼ਾਮ ਜਿਹੜਾ ਇੱਥੇ ਨਹੀਂ, ਸਾਨੂੰ ਕੁਝ ਜਿਹੀਆਂ ਹਰਕਤਾਂ ਕਰਕੇ ਜਿਹੜਾ ਜਲੀਲ ਕੀਤਾ ਜਾ ਰਿਹਾ, ਕਦੀ ਸਾਡੀਆਂ ਝੁੱਗੀਆਂ ਝੌਂਪੜੀਆਂ ਜਿਹੜੀਆਂ ਅਸੀਂ, ਕਿਉਂਕਿ ਮੈਂ ਇੱਥੇ ਬੇਨਤੀ ਕਰਾਂ ਕਿ ਮੋਦੀ ਸਰਕਾਰ, ਮੋਦੀ ਨੇ ਇੱਕ ਐਲਾਨ ਕੀਤਾ ਸੀ ਕਿ ਇਹ ਇੰਡੀਆ ਡਿਜੀਟਲ ਇੰਡੀਆ ਬਣਾ ਦਿੱਤਾ ਹੈ, ਅਤੇ ਮੈਂ ਵੀਰ ਨੂੰ ਬੇਨਤੀ ਕਰਾਂਗੇ ਕਿ ਕੈਮਰਾ ਮਾਰਿਓ, ਡਿਜੀਟਲ ਇੰਡੀਆ ਦਿਖਾਇਓ, ਜਿਹੜੇ ਸਾਡੇ ਪੁਰਖੇ ਜਿਹੜੇ ਸੀ ਨਾ 50-60 ਸਾਲ ਪਹਿਲਾਂ ਇਹੋ ਜਿਹੀਆਂ ਝੌਂਪੜੀਆਂ ਛੱਪਰਾਂ 'ਚ ਰਹਿੰਦੇ ਸੀਗੇ, ਅਤੇ ਇਹ ਡਿਜੀਟਲ ਇੰਡੀਆ ਦੀ ਤਸਵੀਰ ਆ, ਸਾਨੂੰ ਫਿਰ 50-60 ਸਾਲ ਪਿਛਾਂ ਸੁੱਟ ਕੇ ਉਹਨਾਂ ਵਿੱਚ ਰਹਿਣ ਨੂੰ ਮਜਬੂਰ ਕੀਤਾ ਆ, ਇਹਨਾਂ ਝੌਂਪੜੀਆਂ ਦੇ ਵਿੱਚ, ਝੁੱਗੀਆਂ ਦੇ ਵਿੱਚ, ਇਹ ਡਿਜੀਟਲ ਜਿਹੜਾ ਆ ਉਹਦਾ ਇੰਡੀਆ ਆ। ਅਤੇ ਉਸ ਤੋਂ ਬੇਨਤੀ ਕਰਦਾ ਕਿ ਤੂੰ ਆਪਣੇ ਜਿਹੜੇ ਕਾਨੂੰਨ ਵਾਪਸ ਲੈ ਕੇ ਅਤੇ ਸਾਨੂੰ ਆਪਣੇ ਘਰਾਂ ਨੂੰ ਜਾਣ ਦੇ, ਕਿਉਂਕਿ ਇਹ ਤਾਂ ਮਾਰਸ਼ਲ ਕੌਮ ਆ, ਡਰਨ ਵਾਲੀ ਨਹੀਂ ਨਾ ਡਰਾਉਣ ਵਾਲੀ ਆ, ਮਾਰਸ਼ਲ ਕੌਮ ਆ, ਆਪਣੇ ਜੋ ਨਿਸ਼ਾਨਾ ਨਿਸ਼ਚੇ ਕਰ, ਆਪਣੀ ਜੀਤ ਕਰੂੰ ਦੇ ਮਾਂ ਵਾਕ ਅਨੁਸਾਰ। ਦੂਜੀ ਗੱਲ ਮੈਂ ਇਹ ਕਰਾਂ ਕਿ ਇੱਥੇ ਜੋ ਵੀ
ਹਰਿਆਣਾ, ਰਾਜਸਥਾਨ, ਗੁਜਰਾਤ, ਜਿੱਥੋਂ ਜਿੱਥੋਂ ਦੇ ਕਿਸਾਨ ਵੀਰ ਆਏ ਨੇ, ਸਭ ਏਕੇ ਦੀ ਤਰ੍ਹਾਂ ਏਕੇ ਦੀ ਲੜੀ ਵਿੱਚ ਪਰੁੱਚ ਕੇ ਅਤੇ ਇੱਥੇ ਆਪਣਾ ਵਰਕ ਕਰ ਰਹੇ ਨੇ। ਇੱਥੇ ਕੋਈ ਤੇਰ ਮੇਰ ਨਹੀਂ। ਔਰ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਅਜੇ ਵੀ ਡੁੱਲੇ ਬਿਰਾਂ ਦਾ ਕੁਝ ਨਹੀਂ ਵਿਗੜਿਆ, ਸਾਡੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ। ਅਸੀਂ ਤਰ੍ਹਾਂ ਤਰ੍ਹਾਂ ਦੇ ਹਰੇਕ ਇੰਤਜ਼ਾਮ ਕਰਕੇ ਆਪਣੀ ਹਿਫਾਜ਼ਤ ਆਪ ਕਰ ਸਕਦੇ ਹਾਂ। ਇਹ ਅੱਜ ਦੀ ਇਹ ਮਿਸਾਲ ਆ ਕਿ ਡਾਕਟਰਾਂ ਨੇ ਮਰਦੇ ਹੋਏ ਮਰੀਜ਼ ਨੂੰ ਕਿਸ ਤਰ੍ਹਾਂ ਇੱਥੇ ਬਚਾਇਆ ਆ, ਅਤੇ ਬੜੀ ਖੁਸ਼ੀ ਹੋਈ ਆ ਕਿਉਂਕਿ ਬਚਾਉਣ ਵਾਲਾ ਸੱਚੇ ਪਾਤਸ਼ਾਹ ਹੈ। ਪਰ ਇਹ ਡਾਕਟਰ ਵੀ ਕਹਿੰਦੇ ਦੂਜੇ ਰੱਬ ਹੁੰਦੇ ਨੇ। ਇਹਨਾਂ ਨੇ ਸਾਰੀ ਵਾਹ ਵੀਰਾਂ ਨੇ ਲਾ ਕੇ ਅਤੇ ਮਰੀਜ਼ ਦੇ ਵੱਲੇ ਧਿਆਨ ਦਿੱਤਾ ਆ। ਹੁਣ ਮਰੀਜ਼ ਨੂੰ ਉਹਨਾਂ ਦੇ ਵਾਰਸਾਂ ਵੱਲੋਂ ਨਵਾ ਧਵਾ ਕੇ ਅਤੇ ਐਂ ਤੰਦਰੁਸਤ ਕਰਕੇ ਅਤੇ ਬਿਲਕੁਲ ਹੁਣ ਹੋਸ਼ ਦੇ ਵਿੱਚ ਆ। ਅਤੇ ਮੈਂ ਕਹੂੰਗਾ ਕਿ ਬਾਪੂ ਜੀ ਵੀ ਡਾਕਟਰਾਂ ਦਾ ਧੰਨਵਾਦ ਕਰ ਲੈਣਾ ਨੇ, ਕਿ ਮਾੜੀ ਮੋੜੀ ਗੱਲ ਕਰਵਾਓ। ਹਾਂਜੀ ਬਾਪੂ ਜੀ, ਠੀਕ ਜੇ ਤੁਸੀਂ ਹੁਣ? ਹਾਂਜੀ ਠੀਕ ਆ ਮੈਂ। ਹਾਂ ਜਦੋਂ ਆਏ ਜੀ ਉਹ ਕਿਤਨਾ ਸੀ ਉਦੋਂ? ਅਤੇ ਹੁਣ ਡਾਕਟਰਾਂ ਦਾ ਕੀ ਧੰਨਵਾਦ ਕਰਦੇ ਵੀ ਵਧੀਆ ਡਾਕਟਰ ਨੇ? ਧੰਨਵਾਦ ਕਰਦਾ ਜੀ ਇਹਨਾਂ ਨੂੰ। ਹਾਂਜੀ ਅੱਛਾ, ਇਹ ਦੁਬਾਰਾ ਬੋਲੋ ਵੀ ਡਾਕਟਰਾਂ ਧੰਨਵਾਦ ਕੀ ਕਰਦੇ ਤੁਸੀਂ? ਡਾਕਟਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹਨਾਂ ਨੂੰ ਵੱਧ ਤੋਂ ਵੱਧ ਤੈਰਾਕੀਆਂ ਦਿੱਤੀਆਂ ਯਾਰ, ਤੰਦਰੁਸਤੀ ਦੇਣਾ। ਹਾਂਜੀ ਠੀਕ ਹੈ, ਬਹੁਤ ਬਹੁਤ ਧੰਨਵਾਦ ਬਜ਼ੁਰਗਾਂ ਦਾ, ਇਹਨਾਂ ਨੇ ਆਪਦੇ ਜ਼ਬਾਨ ਤੋਂ ਬੋਲ ਕੇ ਤੁਹਾਨੂੰ ਦੱਸਣਾ ਕੀਤਾ ਆ। ਸੋ ਹੁਣ ਮੈਂ ਕੈਮਰਾਮੈਨ ਕਹੂੰ ਕਿ ਲੰਗਰਾਂ ਦੇ ਵਿੱਚ ਵੀ 2 ਮਿੰਟ ਚੱਲੀਏ, ਲੰਗਰਾਂ ਦੇ ਵਿੱਚ ਵੀ ਹਾਜ਼ਰੀ ਭਰੀਏ, ਕਿ ਜਿਸ ਤਰ੍ਹਾਂ ਕਿ ਸਿੰਘ ਸਾਹਿਬ ਨੇ ਡਿਊਟੀਆਂ ਲਾਈਆਂ, ਬਾਬਾ ਸੱਜਣ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਇੰਟਰਨੈਸ਼ਨਲ ਪੰਥਕ ਦਲ ਔਰ ਪੰਜਾਬ ਸਲਾਹਕਾਰ ਧਾਰਮਿਕ ਵਿੰਗ, ਉਹਨਾਂ ਵੱਲੋਂ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ, ਜੋ ਆਪ ਖੁਦ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ, ਜੋ ਸ਼ਾਮਾਂ ਦੇ ਲੰਗਰ ਜਿਹੜੇ ਨੇ ਤਿਆਰ ਕਰ ਰਹੇ ਨੇ, ਜੋ ਜਥਾ ਨਗਰਵਾੜਾ ਸ਼ੇਰ ਸਿੰਘ ਵੱਲੋਂ ਲਿਆਂਦਾ ਗਿਆ ਆ। ਪਿੰਡ ਘਰਿਆਲੇ ਤੋਂ ਸੰਗਤ ਆਈ ਆ, ਭੈਣੀ ਤੋਂ ਸੰਗਤ ਆਈ, ਪੂਨੀਆਂ ਤੋਂ ਸੰਗਤ ਆਈ, ਬਾਬਾ ਜੀ ਨਗਰ ਤੋਂ ਸੰਗਤ ਆਈ ਆ। ਉਹ ਇੱਥੇ ਆਪ ਖੁਦ ਹੱਥੀਂ ਸੇਵਾ ਕਰਕੇ ਅਤੇ ਇਹ ਜਿਹੜਾ ਆ ਲਾਹਾ ਲੈ ਰਹੇ ਨੇ। ਸੋ ਬਾਬਾ ਜੀ ਆਪ ਲੰਗਰਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਇੱਥੇ ਮਾਈਆਂ ਸਾਡੀਆਂ ਜੋ ਪ੍ਰਸ਼ਾਦਿਆਂ ਦੀ ਤਿਆਰੀ ਕਰ ਰਹੀਆਂ ਨੇ ਪਕਾਉਣ ਦੀਆਂ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਸੋ ਮੈਂ ਫਿਰ ਦੁਬਾਰਾ ਬੇਨਤੀ ਕਰੂੰਗਾ ਕਿ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਆ, ਅਸੀਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਦਾਸ ਬਾਬਾ ਸਤਨਾਮ ਸਿੰਘ ਵੱਲੀਆਂ, ਪੰਜਾਬ ਪ੍ਰਧਾਨ ਧਾਰਮਿਕ ਇੰਟਰਨੈਸ਼ਨਲ ਪੰਥਕ ਦਲ, ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ, ਜਿਨ੍ਹਾਂ ਨੇ ਇਸ ਮਹਾਂਕੁੰਭ ਦੇ ਵਿੱਚ, ਕਿਉਂਕਿ ਮਹਾਂਕੁੰਭ ਆ ਇਹ ਵੱਡਾ, ਇੰਨਾ ਵੱਡਾ ਸੰਘਰਸ਼, ਦੁਨੀਆਂ ਦਾ ਪਹਿਲਾ ਸੰਘਰਸ਼ ਆ, ਕਿਉਂਕਿ ਦੁਨੀਆਂ ਦੇ ਜਿੰਨੇ ਵੀ ਸੰਘਰਸ਼ ਹੋਏ ਆ, ਜਿੰਨੇ ਵੀ ਧਰਨੇ ਲੱਗੇ ਨੇ, ਉਹਨਾਂ ਸਾਰਿਆਂ ਧਰਨਿਆਂ ਦਾ ਮਕਸਦ ਹੁੰਦਾ ਵੀ ਅਸੀਂ ਮੰਗਾਂ ਮੰਗਣੀਆਂ ਆ, ਸਰਕਾਰ ਤੋਂ ਕੁਛ ਲੈਣ ਆਉਣੇ ਆ। ਪਰ ਇਹ ਇੱਕ ਪਹਿਲਾ ਧਰਨਾ ਇਸ ਜਿਹੜਾ ਸਰਕਾਰ ਨੇ ਦਿੱਤਾ ਉਹਨੂੰ ਵਾਪਸ ਕਰਨ ਵਾਸਤੇ ਆਏ ਹਾਂ ਕਿ ਮੋਦੀ ਸਾਨੂੰ ਤੇਰੇ ਬਿੱਲ ਨਹੀਂ ਚਾਹੀਦੇ, ਜੋ ਤੂੰ ਸਾਨੂੰ ਦਿੱਤਾ ਆ ਸਾਨੂੰ ਨਹੀਂ ਮਨਜ਼ੂਰ, ਅਸੀਂ ਵਾਪਸ ਕਰਨ ਵਾਸਤੇ ਆਏ ਹਾਂ। ਇਹ ਦੁਨੀਆਂ ਦਾ ਪਹਿਲਾ ਸੰਘਰਸ਼ ਆ, ਇਹ ਕੁਝ ਲੈਣ ਵਾਸਤੇ ਨਹੀਂ, ਕੁਝ ਦੇਣ ਵਾਸਤੇ ਆਇਆ। ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਇਸ ਮੀਡੀਆ ਦੇ ਰਾਹੀਂ ਸਾਰੀਆਂ ਸੰਗਤਾਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆਓ ਤੁਰਿਆਓ, ਨਗਰ ਨਾਰੀ ਕੇ ਤੋਂ ਜੋ ਸਵੇਰੇ ਮਰੀਜ਼ ਆਇਆ ਸੀ, ਵੇਖੋ ਹੁਣ ਸਵੇਰੇ ਚੁੱਕ ਕੇ ਲਿਆਂਦਾ ਸੀ, ਹੁਣ ਆਪਣੇ ਆਪ ਤੁਰ ਕੇ ਜਾ ਰਿਹਾ। ਇੰਟਰਨੈਸ਼ਨਲ ਪੰਥਕ ਦਲ ਦੇ ਜੋ ਮੈਡੀਕਲ ਕੈਂਪ ਲੱਗੇ ਆ, ਡਾਕਟਰਾਂ ਦੀ ਜੋ ਮਿਹਨਤ ਸੀ ਕੰਮ ਆਈ ਆ, ਉਹ ਮਰੀਜ਼ ਆਪਣੇ ਆਪ ਤੁਰ ਕੇ ਆਪਣੇ ਨਗਰ ਨੂੰ ਵਾਪਸ ਜਾ ਰਹੇ ਦੇਖ ਸਕਦੇ ਜੇ।